ट्रेडर यूनियन कैंट बोर्ड की जानिब से तंजीम साजी के सिलसिले में अकेडमी रोड गुलबहार कॉलोनी लाहौर कैंट में शानदार इस्तकबालिये का इंतजाम किया गया। इस शानदार और पुरवकार तकरीब में कैंट की तमाम मार्केटों, बाजारों, प्लाजों, ट्रेडर यूनियन, जनरल सेक्रेटरी और दीगर मौजूद अहदेदारों ने शिरकत की। इसके अलावा अवाम की कसीर तादाद भी इस मौके पर मौजूद थी। सरपरस्त आला अब्दुल जब्बार, चेयरमैन बशारत बारा, एडिशनल जनरल सेक्रेटरी मलक उमैर, इंफॉर्मेशन सेक्रेटरी मसूद बेग, जनरल सेक्रेटरी मोहम्मद बशीर, सदर हाफज अली मुगल, चेयरमैन कैंट बोर्ड मियाँ मोहम्मद अकरम मैर ने इस प्रोग्राम को खूब सराहा। चेयरमैन कैंट बोर्ड यूनियन और उनकी टीम का फूलों की पत्तियों और मालाओं से इस्तकबाल किया गया। इस मौके पर चेयरमैन ट्रेडर यूनियन कैंट बोर्ड मियाँ मोहम्मद अकरम मैर का कहना था। ਮੰਜੀ ਹੋਏ ਜਿਹੜੇ ਹੈਗੇ ਨੇ ਅਬਦੁਲ ਜਬਾਰ ਸਾਹਿਬ ਨੇ, ਬੜੇ ਮਸ਼ਹੂਰ ਚੰਬਰ ਕਬਾਬ ਵਾਲੇ ਜਿਹੜੇ ਸਰਪ੍ਰਸਤ ਆਲਾ ਬਣਾਇਆ ਉਹਨਾਂ ਨੂੰ ਜਬਾਰ ਸਾਹਿਬ ਨੇ। ਔਰ ਇਸ ਤੋਂ ਬਾਅਦ ਅਸੀਂ ਜਿਹੜਾ ਚੇਅਰਮੈਨ ਬਣਾਇਆ ਬਸ਼ਾਰਤ ਸਾਹਿਬ ਨੂੰ ਬਣਾਇਆ, ਬੜੇ ਮਿਹਨਤੀ ਦਬੰਗ ਜੋਸ਼ੀਲੇ ਜਿਹੜੇ ਹੈ ਨੇ ਬਸ਼ਾਰਤ ਸਾਹਿਬ ਨੂੰ ਅਸੀਂ ਅੱਜ ਚੇਅਰਮੈਨ ਬਣਾਇਆ। ਉਸ ਤੋਂ ਬਾਅਦ ਅਸੀਂ ਜਿਹੜੇ ਸਦਰ ਅਕੈਡਮੀ ਰੋਡ ਬਾਜ਼ਾਰ ਦਾ ਜਿਹੜਾ ਅਸੀਂ ਸਦਰ ਬਣਾਇਆ ਗਿਆ ਔਰ ਅਲਹਮਦੁਲਿਲਾ ਹਾਫਜ਼ੇ ਕੁਰਾਨ ਬਣਾਇਆ ਗਿਆ। ਹਾਫਜ਼ੇ ਕੁਰਾਨ ਹਾਫਜ਼ ਮੁਹੰਮਦ ਅਲੀ ਨੂੰ, ਮੁਹੰਮਦ ਅਲੀ ਮੁਗਲ ਨੂੰ ਬਣਾਇਆ ਅਸੀਂ ਹਾਫਜ਼ੇ ਕੁਰਾਨ ਜਿਹੜਾ ਅੱਲਾਹ ਪਾਕ ਦੇ ਫਜ਼ਲੋ ਕਰਮ ਨਾਲ ਸਾਰੇ ਦੋਸਤਾਂ ਦੇ ਪਜਰਾਂ ਦੇ ਮਸਾਇਲ ਨੂੰ ਇਨਸ਼ਾ ਅੱਲਾਹ ਹੱਲ ਕਰਨਗੇ। ਔਰ ਸਾਡੇ ਸ਼ਬੀਰ ਸਾਹਿਬ ਬਜ਼ੁਰਗ ਜੋਸ਼ੀਲੇ ਜਿਹੜੇ ਹੈਗੇ ਨੇ ਸਾਡੇ ਮਿਹਨਤੀ ਸਾਡੇ ਜਨਰਲ ਸੈਕਟਰੀ ਸਾਹਿਬ ਹੈਗੇ ਨੇ ਔਰ ਜਿਹੜੇ ਦਿਨ ਰਾਤ ਮਿਹਨਤ ਕੀਤੀ ਹੈ ਸਪੋਰਟ ਦੇ ਉੱਤੇ ਬਾਜਰਾ ਦੀ ਫਲਾਵਤ ਵਾਸਤੇ, ਬਾਜਰਾ ਦੀ ਬਿਹਤਰੀ ਵਾਸਤੇ, ਬਾਜਰਾ ਦੀ ਤਰੱਕੀ ਵਾਸਤੇ ਉਹਨਾਂ ਵਿੱਚ ਸਾਡੇ ਬੇਗ ਸਾਹਿਬ ਹੈਗੇ ਨੇ, ਮਖਸੂਦ ਬੇਗ ਸਾਹਿਬ ਔਰ ਮਜ਼ਬੂਤ ਤਰੀਨ ਅਸੀਂ ਅਕੈਡਮੀ ਰੋਡ ਦੇ ਉੱਤੇ 53 ਅਹੁਦੇ ਦੌਰਾਨ ਜਿਹੜੇ ਹੈਗੇ ਨੇ ਅੱਲਾਹ ਪਾਕ ਦੇ ਫਜ਼ਲੋ ਕਰਮ ਨਾਲ 1-1 580 ਤਾਜਰਾਂ ਦੁਕਾਨਦਾਰ ਹੈਗੇ ਨੇ ਇੱਥੇ, ਇੱਕ ਦੁਕਾਨਦਾਰ ਦੇ ਕੋਲ ਅਸੀਂ ਗਏ ਹਾਂ ਉਹਨਾਂ ਦੀ ਮੁਸ਼ਾਵਰੇ ਦੇ ਨਾਲ ਅਸੀਂ 53-53 ਅਹੁਦੇ ਦੌਰਾਨ ਉਹਨਾਂ ਨੂੰ ਅਹੁਦੇ ਦਿੱਤੇ ਨੇ ਔਰ ਸਾਰੇ ਹਕੀਕੀ ਤਾਜਰ ਜਿਨ੍ਹਾਂ ਦੇ ਵਿੱਚ ਕੋਈ ਗੁੰਡਾ ਭਲਵਾਨ ਨਹੀਂ ਹੈਗਾ, ਦਿਨ ਰਾਤ ਮੇਰੇ ਮਜ਼ਦੂਰੀ ਕਰਨ ਵਾਲੇ।